ਕਿ ਉੱਥੋਂ ਦੇ ਜਿਹੜੇ ਗੁਰਦੁਆਰਾ ਪ੍ਰਬੰਧਕ ਕਮੇਟੀ ਅੱਜ ਤੱਕ ਚੁੱਪ ਕਿਉਂ? ਕਿ ਜਿਹੜੇ ਸਿੱਖ ਬੱਚੀ ਹੈ ਉਹਦਾ ਬੜਾ ਅੱਛਾ ਰਿਜ਼ਲਟ ਨਿਕਲੇਗਾ, ਉਹ ਮਸਲਾ ਇੱਕ ਅੱਧੇ ਦਿਨ ਦੇ ਵਿੱਚ ਹੱਲ ਹੋ ਜਾਏਗਾ। ਜਿਹੜਾ ਕਿ ਪਾਕਿਸਤਾਨ ਦਾ ਦੁਸ਼ਮਣ ਹੈ, ਜਿਹੜਾ ਕਿ ਸਿੱਖਾਂ ਦਾ ਦੁਸ਼ਮਣ ਹੈ, ਮਨਜਿੰਦਰ ਸਿੰਘ ਸਿਰਸਾ, ਜਿਹੜਾ ਕਿ ਇੰਡੀਆ ਸਵੇਰ ਤੋਂ ਲੱਗੇ ਸ਼ਾਮ ਤੱਕ ਇੱਕ ਪ੍ਰੋਪੇਗੰਡਾ ਕਰ ਰਿਹਾ ਕਿ ਪਾਕਿਸਤਾਨ ਵਿੱਚ ਮਾਇਨੋਰਟੀ ਮਹਿਫੂਜ਼ ਨਹੀਂ, ਸਿੱਖ ਮਹਿਫੂਜ਼ ਨਹੀਂ। ਕਿਸੇ ਦਾ ਧਰਮ ਪਰਿਵਰਤਨ ਕਰਾ ਦਿਓ ਤਾਂ ਸ਼ਾਇਦ ਤੁਹਾਨੂੰ ਉੱਪਰ ਸਵਰਗ ਦੇ ਵਿੱਚ ਪਤਾ ਨਹੀਂ ਕਿਹੜੇ ਮਹਿਲ ਮਿਲਣੇ ਨੇ। ਮੈਂ ਸਮਝਦਾ ਇਹੋ ਜਿਹੇ ਬੰਦਿਆਂ ਨੂੰ ਦੋਜ਼ਖ ਮਿਲਣਾ। ਕਰਨ ਵਾਲੇ ਕਾਂਡ ਨੇ, ਇਹ ਕੰਮ ਕਰਨ ਵਾਲੇ ਨੇ, ਉਹਨਾਂ ਨੂੰ ਜੇਲ੍ਹ ਦੀ ਸਲਾਖਾਂ ਦੇ ਪਿੱਛੇ ਕਰੇ, ਨਹੀਂ ਤਾਂ ਅਸੀਂ ਸੋਮਵਾਰ ਨੂੰ 11:30 ਵਜੇ ਪਾਕਿਸਤਾਨ ਅੰਬੈਸੀ ਦੇ ਉੱਤੇ ਬਹੁਤ ਵੱਡਾ ਇੱਕ ਪ੍ਰਦਰਸ਼ਨ ਕਰਾਂਗੇ। ਪਾਕਿਸਤਾਨ 'ਚ ਸਿੱਖ ਕੁੜੀ ਜਗਜੀਤ ਕੌਰ ਦਾ ਜਬਰਨ ਧਰਮ ਬਦਲਣ ਦਾ ਮਾਮਲਾ ਲਗਾਤਾਰ ਗਰਮਾਉਂਦਾ ਜਾ ਰਿਹਾ, ਕਿਉਂਕਿ ਦੋਨੇ ਪਾਸੇ ਤੋਂ ਹੀ ਹੁਣ ਇਸ ਮਾਮਲੇ ਤੇ ਸਿਆਸਤ ਸ਼ੁਰੂ ਹੋ ਗਈ ਹੈ। ਦੱਸ ਦਈਏ ਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਵੱਲੋਂ ਲਗਾਤਾਰ ਪਾਕਿਸਤਾਨ ਦੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਸਵਾਲ ਚੁੱਕੇ ਜਾ ਰਹੇ ਨੇ। ਅਜਿਹੇ ਵਿੱਚ ਹੁਣ ਪਾਕਿਸਤਾਨ ਦੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਬਿਸ਼ਨ ਸਿੰਘ ਨੇ ਮਨਜਿੰਦਰ ਸਿੰਘ ਸਿਰਸਾ ਵੱਲੋਂ ਕੀਤੇ ਜਾ ਰਹੇ ਲਗਾਤਾਰ ਸ਼ਬਦੀ ਵਾਰ ਦਾ ਪਲਟ ਜਵਾਬ ਦਿੱਤਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੇਰਾ ਨਾਮ ਸਰਦਾਰ ਬਿਸ਼ਨ ਸਿੰਘ ਹੈ, ਸਾਬਕਾ ਪ੍ਰਧਾਨ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ। ਜਿਸ ਤਰ੍ਹਾਂ ਕਿ 2-3 ਦਿਨ ਦੇ ਸੋਸ਼ਲ ਮੀਡੀਆ ਦੇ ਉੱਤੇ ਪਾਕਿਸਤਾਨ ਦੇ ਖਿਲਾਫ ਇੱਕ ਪ੍ਰੋਪੇਗੰਡਾ ਖਾਸ ਕਰਕੇ ਇੰਡੀਆ 'ਚ ਜਾਰੀ ਹੈ, ਜਿਹੜਾ ਕਿ ਨਨਕਾਣਾ ਸਾਹਿਬ ਦੇ ਵਿੱਚ ਇੱਕ ਹਾਦਸਾ ਹੋਇਆ ਸੀ ਇੱਕ ਕੁੜੀ ਦੇ ਨਾਲ। ਅੱਜ ਕੁੜੀ ਦਾ ਪਰਿਵਾਰ, ਨਨਕਾਣਾ ਸਾਹਿਬ ਦੀ ਸੰਗਤ, ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਨ, ਜਨਰਲ ਸੈਕਟਰੀ, ਅਸੀਂ ਸਾਰੇ ਹੁਣ ਮੁਲਾਕਾਤ ਕੀਤੀ ਹੈ। ਚੌਧਰੀ ਸਰਵਰ ਸਾਹਿਬ ਜਿਹੜਾ ਕਿ ਗਵਰਨਰ ਪੰਜਾਬ ਹੈ, ਅਤੇ ਬਾਕੀ ਉਹਨਾਂ ਦੇ 2 ਮਨਿਸਟਰ ਸਾਹਿਬਾਨ, DCO ਨਨਕਾਣਾ ਸਾਹਿਬ ਵੀ ਆਏ ਸੀ, DPO ਵੀ। ਇਸ ਵਕਤ ਅਸੀਂ ਆਸ ਰੱਖੀ ਹੈ, ਉਮੀਦ ਹੈ ਕਿ ਜਿਹੜੀ ਸਿੱਖ ਬੱਚੀ ਹੈ ਉਹਦਾ ਬੜਾ ਅੱਛਾ ਰਿਜ਼ਲਟ ਨਿਕਲੇਗਾ, ਉਹ ਮਸਲਾ ਇੱਕ ਅੱਧੇ ਦਿਨ ਦੇ ਵਿੱਚ ਹੱਲ ਹੋ ਜਾਏਗਾ। ਜਿਹੜਾ ਕਿ ਪਾਕਿਸਤਾਨ ਦਾ ਦੁਸ਼ਮਣ ਹੈ, ਜਿਹੜਾ ਕਿ ਸਿੱਖਾਂ ਦਾ ਦੁਸ਼ਮਣ ਹੈ, ਮਨਜਿੰਦਰ ਸਿੰਘ ਸਿਰਸਾ, ਜਿਹੜਾ ਕਿ ਇੰਡੀਆ ਸਵੇਰ ਤੋਂ ਲੱਗੇ ਸ਼ਾਮ ਤੱਕ ਇੱਕ ਪ੍ਰੋਪੇਗੰਡਾ ਕਰ ਰਿਹਾ ਕਿ ਪਾਕਿਸਤਾਨ ਵਿੱਚ ਮਾਇਨੋਰਟੀ ਮਹਿਫੂਜ਼ ਨਹੀਂ, ਸਿੱਖ ਮਹਿਫੂਜ਼ ਨਹੀਂ। ਪਾਕਿਸਤਾਨ ਸਾਡਾ ਦੇਸ਼ ਹੈ, ਇਹ ਸਾਡਾ ਘਰ ਹੈ, ਕਿ ਜਿੱਥੇ ਬੰਦਾ ਰਹੇ ਛੋਟੀਆਂ ਮੋਟੀਆਂ ਗੱਲਾਂ ਆਪਸ ਵਿੱਚ ਆਉਂਦੀਆਂ ਨੇ, ਲੇਕਿਨ ਜਿਸ ਤਰ੍ਹਾਂ ਸਾਡੇ ਹਕੂਮਤ ਹੈ, ਪਾਕਿਸਤਾਨ ਨੇ ਇਹਦੇ 'ਚ ਕਿਰਦਾਰ ਅਦਾ ਕੀਤਾ, ਚੌਧਰੀ ਸਰਵਰ ਸਾਹਿਬ ਗਵਰਨਰ ਪੰਜਾਬ, ਵਜ਼ੀਰ ਆਲਾ ਪੰਜਾਬ, ਸਾਡੇ ਪ੍ਰਾਈਮ ਮਿਨਿਸਟਰ ਇਮਰਾਨ ਖਾਨ ਸਾਹਿਬ ਨੇ, ਬਾਕੀ ਸਾਡੇ ਸਾਰੇ ਅਦਾਰਿਆਂ ਨੇ ਆਪਣਾ ਕਿਰਦਾਰ ਅਦਾ ਕੀਤਾ, ਅਤੇ ਅਸੀਂ ਉਮੀਦ ਰੱਖਦੇ ਹਾਂ ਕਿ ਇੱਕ ਅੱਧੇ ਦਿਨ ਦੇ ਵਿੱਚ ਇਸ ਮਾਮਲੇ ਦਾ ਹੱਲ ਨਿਕਲ ਆਏਗਾ। ਅਸੀਂ ਪੂਰੀ ਸਿੱਖ ਸੰਗਤ ਨੂੰ ਇਹ ਬੇਨਤੀ ਵੀ ਕਰਦੇ ਹਾਂ, ਰਿਕੁਐਸਟ ਵੀ ਕਰਦੇ ਹਾਂ ਕਿ ਜਿਹੜੇ ਸੋਸ਼ਲ ਮੀਡੀਆ ਦੇ ਉੱਤੇ ਪ੍ਰੋਪੇਗੰਡਾ ਚੱਲ ਰਿਹਾ ਹੈ, ਗੱਲ ਇੰਨੀ ਨਹੀਂ ਜਿਹਨੇ ਉਛਾਲ ਕੇ ਪਾਕਿਸਤਾਨ ਦੀ ਬਦਨਾਮੀ ਕੀਤੀ ਜਾਂਦੀ। ਪਾਕਿਸਤਾਨ ਦੇ ਵਿੱਚ ਬੈਠੇ ਸਿੱਖ ਸੰਗਤਾਂ ਨੂੰ ਮੇਰੀ ਬੇਨਤੀ ਹੈ, ਦੁਨੀਆ ਭਰ ਦੇ ਵਿੱਚ ਬੈਠੇ ਸਿੱਖ ਸੰਗਤਾਂ ਨੂੰ ਮੇਰੀ ਬੇਨਤੀ ਹੈ ਕਿ ਅਸੀਂ ਸਾਰਿਆਂ ਨਾਲ ਰਾਬਤੇ 'ਚ ਵੀ ਹਾਂ, ਲੇਕਿਨ ਤੁਸੀਂ ਸੋਸ਼ਲ ਮੀਡੀਆ ਜਾਂ ਇੰਡੀਆ ਮੀਡੀਆ ਜਿਹੜਾ ਪ੍ਰੋਪੇਗੰਡਾ ਕਰ ਰਿਹਾ ਉਹਦੇ 'ਤੇ ਧਿਆਨ ਨਾ ਦਿਓ। ਔਰ ਇਹ ਅਸੀਂ ਆਸ ਰੱਖਦੇ ਹਾਂ, ਜਿਸ ਤਰ੍ਹਾਂ ਮੈਂ ਪਹਿਲੇ ਵੀ ਕਿਹਾ ਕਿ ਗਵਰਨਰ ਸਾਹਿਬ, CM ਸਾਹਿਬ, ਪ੍ਰਾਈਮ ਮਿਨਿਸਟਰ ਸਾਹਿਬ, ਇਹਦੇ ਸਾਰੇ ਇਨਵੋਲਵ ਨੇ, ਅਤੇ ਇੱਕ ਅੱਧੇ ਦਿਨ ਇਹਦਾ ਅਸੀਂ ਹੱਲ ਕਰਕੇ ਸਾਰੇ ਸਿੱਖ ਸੰਗਤਾਂ ਨੂੰ ਕੁਝ ਖਬਰੇ ਸੁਣਾ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਉੱਥੇ ਹੁਣ ਦੂਜੇ ਪਾਸੇ ਮਨਜੀਤ ਸਿੰਘ GK ਨੇ ਇਸ ਮਾਮਲੇ ਤੇ ਪਾਕਿਸਤਾਨ ਸਰਕਾਰ ਨੂੰ ਜਿੱਥੇ ਅਪੀਲ ਕੀਤੀ, ਉੱਥੇ ਹੀ ਉਹਨਾਂ ਵੱਲੋਂ ਚੇਤਾਵਨੀ ਵੀ ਦਿੱਤੀ ਗਈ ਹੈ ਕਿ ਜੇਕਰ ਪਾਕਿਸਤਾਨ ਸਰਕਾਰ ਵੱਲੋਂ ਕੁੜੀ ਨੂੰ 2 ਦਿਨਾਂ ਅੰਦਰ ਨਹੀਂ ਛੱਡਿਆ ਜਾਂਦਾ ਤਾਂ ਉਹਨਾਂ ਵੱਲੋਂ ਬੀਤੇ ਦਿਨੀ ਪਾਕਿਸਤਾਨ ਅੰਬੈਸੀ ਦੇ ਸਾਹਮਣੇ ਪ੍ਰਦਰਸ਼ਨ ਕੀਤਾ ਜਾਵੇਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪਾਂ 2 ਦਿਨ ਤੋਂ ਜਿਹੜੀ ਪਾਕਿਸਤਾਨ ਦੇ ਵਿੱਚ ਇੱਕ ਸਿੱਖ ਬੱਚੀ ਨੂੰ ਅਗਵਾ ਕੀਤਾ ਗਿਆ, ਧਰਮ ਪਰਿਵਰਤਨ ਕੀਤਾ ਗਿਆ ਔਰ ਜ਼ਬਰਨ ਉਸਦੀ ਸ਼ਾਦੀ ਕੀਤੀ ਗਈ, ਉਸਦੇ ਪਰਿਵਾਰ ਦੀ, ਉਸਦੇ ਭਰਾ ਦੀ, ਉਸਦੇ ਪਿਤਾ ਦੀ, ਉਸਦੀ ਮਾਤਾ ਦੀ, ਤੁਸੀਂ ਸਾਰਿਆਂ ਨੇ ਸੋਸ਼ਲ ਮੀਡੀਆ 'ਤੇ ਗੁਹਾਰ ਸੁਣੀ ਹੈ। ਮੇਰੀ ਰਿਕੁਐਸਟ ਹੈ ਪਾਕਿਸਤਾਨ ਦੀ ਸਰਕਾਰ ਨੂੰ, ਇਮਰਾਨ ਖਾਨ ਸਾਹਿਬ ਦੀ ਸਰਕਾਰ ਨੂੰ, ਕਿ ਇਮੀਡੀਏਟ ਐਕਸ਼ਨ ਕਰਕੇ ਇਹ ਬੱਚੀ ਸਿੱਖਾਂ ਕੋਲ ਵਾਪਸ ਆਉਣੀ ਚਾਹੀਦੀ ਹੈ ਔਰ ਉਸਨੂੰ ਆਪਣੇ ਮਾਂ ਪਿਓ ਕੋਲ ਇਹ ਬੱਚੀ ਨੂੰ ਵਾਪਸ ਭੇਜਿਆ ਜਾਵੇ। ਕਿਸ ਤਰੀਕੇ ਨਾਲ ਡਰਾ ਧਮਕਾ ਕੇ ਇਸ ਪਾਕਿਸਤਾਨ ਦੇ ਵਿੱਚ ਜਿੱਥੇ ਤਕਰੀਬਨ 22 ਕਰੋੜ ਦੀ ਆਬਾਦੀ ਹੈ, ਉਹਦੇ ਵਿੱਚ ਸਿਰਫ 20,000 ਦੇ ਕਰੀਬ ਸਿੱਖਾਂ ਦੀ ਆਬਾਦੀ ਹੋਏਗੀ ਔਰ ਮਨੋਂ ਨਹੀਂ ਸਮਝ ਆਉਂਦੀ ਕਿ ਇਹ ਕਿਹੜਾ ਧਰਮ ਇਹ ਆਖਦਾ
कि जे तुसी किसी का धर्म परिवर्तन करा दो तो शायद तुहानू उपर स्वर्ग दे विच पता नहीं किहड़े महल मिलने ने। मैं समझदा इहो जिहे बंदियां नू दोजख मिलणगे। मेरी यह बेनती है दुनिया भर च बैठे गुरु नानक नाम लेवा नू, सिर्फ सिखां नू नहीं गुरु नानक नाम लेवा नू, आपां 550 साल का गुरु नानक पातशाह का इसे साल मनाउण जा रहे हैं, जिहदे विच पाकिस्तान की सरकार हिंदुस्तान की सरकार गुरुद्वारा कमेटियां बहुत कुछ कर दियां, भावें पाकिस्तान दियां होण भावें हिंदुस्तान दियां होण, लेकिन यह जिहड़ा एक हादसा होया इसने शर्मसार किया। मैं समझदा उत्थों दे निज़ाम नू, मैं रिक्वेस्ट करदा कि इमरान खान की सरकार जिहड़ी है ये दो दिन के अंदर अंदर बच्ची नू मापिया के कोल वापस छोड़े और जिहड़े करन वाले कांड ने एक कम करन वाले ने उन्होंने जेल की सलाखा के पिछे करे, नहीं तो असी सोमवार को 11:30 बजे पाकिस्तान अंबैसी दे उत्ते बहुत वड्डा एक प्रदर्शन करांगे और ये याद करावांगे कि सिख कौम है कि जिहदे भावें हिंदुआं दी बच्चियां होण भावें मुसलमानां दी बच्चियां होण किसे दी बच्चियां होण भावें अहमद शाह अब्दाली होवे मुहम्मद गजनी होवे या जम्मू कश्मीर दी बच्चियां ने यह सिख ने जिहड़े जाके उन्हां दे घरां दे विच उन्हां नूं महफूज उन्हां दे मां प्यो दे हवाले करदे ने। मैं समझदा कि यह जो हरकत पाकिस्तान च होई है इसने पाकिस्तान दा अक्स नूं बहुत वड्डी ढाल लाई है। दो रोज़ां दे विच अगर ये बच्ची नहीं वापस जाती तो सोमवार को पाकिस्तान हाई कमीशन दे अगे असी एक वड्डा प्रदर्शन करांगे और अपना प्रोटेस्ट उत्थे दाखल करावांगे। पर हुण बीते दिनी जीके वालों पाकिस्तान अंबैसी दे सामने किते जाण वाले प्रदर्शन दा की नतीजा निकलेगा ए तां हुण आउण वाला समा ही दसेगा। ब्यूरो रिपोर्ट चैनल पंजाब। हर लेटेस्ट खबर नु सब तो पहला देखने लिए साडे चैनल चैनल पंजाब नु करो सब्सक्राइब ते नोटिफिकेशन लई दबाओ बैल दा बटन।